को समझाया थे सर 4-5 बारी सर, फोन नहीं करो सर, बोलता है हम करेंगे सर। उसके बाद वहाँ पर सर पत्थर था, इसीलिए हम वहीं पर मार देंगे सर। जिस उत्ते आशकी दा भूत सवार होवे ओ फिर होर गल्लां विच अन्ना ही हो जांदा है। रिश्ते नाते उस व्यक्ति लई कोई मायने नहीं रखते। उस दे प्यार विच जो रोड़ा बनया सो मरिया ही समझो। वहां पर सर पत्थर था, इसीलिए हम वहीं पर मार दिए थे सर। ए 17 असी किसे फिल्म जा सीरियल लई नहीं बोल रहे हां, बल्कि ए हकीकत है संगरूर दी, जिथे अजिहा ही कुछ वापरिया। ਬੀਤੇ ਦਿਨੀ ਸੰਗਰੂਰ ਤੋਂ ਇੱਕ ਖਬਰ ਸਾਹਮਣੇ ਆਈ ਸੀ, ਜਿਸ ਵਿੱਚ ਤਰਵਿੰਦਰ ਨਾਂ ਦੇ ਵਿਅਕਤੀ ਦੇ ਸਿਰ ਵਿੱਚ ਪੱਥਰ ਮਾਰ ਕੇ ਬੁਰੀ ਤਰ੍ਹਾਂ ਨਾਲ ਕਤਲ ਕੀਤਾ ਗਿਆ। ਪੁਲਿਸ ਨੇ ਹੁਣ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ। ਇਸ ਮਾਮਲੇ ਵਿੱਚ ਪਹਿਲਾਂ ਦੋਸਤ ਨੇ ਦੋਸਤ ਦੀ ਹੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਕੀਤੀ ਅਤੇ ਫਿਰ ਉਸੇ ਦੋਸਤ ਨੇ ਦੂਜੇ ਦੋਸਤ ਨਾਲ ਮਿਲ ਕੇ ਇਸ ਨੂੰ ਸਿਰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੋਇਆ ਇੰਜ ਕਿ ਮੁੰਨਾ ਯਾਦਵ ਨਾਂ ਦਾ ਵਿਅਕਤੀ ਬਿਹਾਰ ਦੀ ਰਹਿਣ ਵਾਲੀ ਕਿਸੇ ਕੁੜੀ ਨਾਲ ਪਿਆਰ ਕਰਦਾ ਸੀ ਅਤੇ ਉਸ ਨੂੰ ਰੋਜ਼ ਫੋਨ ਵੀ ਕਰਦਾ ਸੀ। ਉਸ ਕੁੜੀ ਦਾ ਨੰਬਰ ਮੁੰਨਾ ਦੇ ਦੋਸਤ ਤਰਵਿੰਦਰ ਨੇ ਲੈ ਲਿਆ ਅਤੇ ਉਹ ਵੀ ਉਸ ਨੂੰ ਫੋਨ ਕਰਕੇ ਤੰਗ ਕਰਨ ਲੱਗਿਆ। ਜਦੋਂ ਇਸ ਗੱਲ ਦਾ ਮੁੰਨਾ ਨੂੰ ਪਤਾ ਲੱਗਾ ਤਾਂ ਉਸਨੇ ਰਾਹ ਦਾ ਰੋੜਾ ਬਣੇ ਤਰਵਿੰਦਰ ਨੂੰ ਹਟਾਉਣ ਦੀ ਯੋਜਨਾ ਬਣਾ ਲਈ ਅਤੇ ਆਪਣੇ ਸਾਥੀ ਅਜੇ ਯਾਦਵ ਦੇ ਨਾਲ ਮਿਲ ਕੇ ਪਹਿਲਾਂ ਤਰਵਿੰਦਰ ਨੂੰ ਸ਼ਰਾਬ ਪਿਆਈ ਅਤੇ ਫਿਰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਤਰਵਿੰਦਰ ਦੇ ਸਿਰ ਵਿੱਚ ਪੱਥਰ ਮਾਰ ਕੇ ਉਸਨੂੰ ਸੰਗਰੂਰ ਦੇ ਪਿੰਡ ਪਾਪਲਾ ਨੂੰ ਜਾਂਦੀ ਸੜਕ 'ਤੇ ਸੁੱਟ ਦਿੱਤਾ। ਪੁਲਿਸ ਨੇ ਦੋਵੇਂ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। 18 ਤਰੀਕ ਨੂੰ ਸੰਦੌੜ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਬਾਪਲਾ ਪਿੰਡ ਦੇ ਵਿੱਚ ਜਿਹੜਾ ਹੈਗਾ 17 ਅਤੇ 18 ਤਰੀਕ ਦੀ ਰਾਤ ਨੂੰ ਧਰਮਿੰਦਰ ਸਾਧਾ ਦੀ ਜਿਹੜੀ ਹੈਗੀ ਹੈ ਡੈਡ ਬੋਡੀ ਉੱਥੇ ਸਵੇਰੇ ਪਈ ਮਿਲੀ ਆ, ਜਿਸ 'ਤੇ ਪੁਲਿਸ ਟੀਮ ਨੇ ਉੱਥੇ ਪਹੁੰਚਿਆ ਅਤੇ ਸਾਰੇ ਵੈਰੀਫਾਈ ਕੀਤਾ। ਧਰਮਿੰਦਰ ਸਾਧਾ ਦੇ ਸਿਰ ਦੇ ਉੱਪਰ ਜਿਹੜੀ ਹੈਗੀ ਆ ਸੱਟ ਮਾਰੀ ਹੋਈ ਸੀ ਅਤੇ ਉੱਥੇ ਕਾਫੀ ਵੱਡਾ ਜਿਹੜਾ ਹੈਗਾ ਨਿਸ਼ਾਨਦੇਹੀ ਵਾਲਾ ਜਿਹੜਾ ਮੀਲ ਪੱਥਰ ਜਾਂ ਲੈਂਡਮਾਰਕ ਹੁੰਦਾ ਉਹ ਪੱਥਰ ਪੱਟ ਕੇ ਉਹਦੇ ਸਿਰ 'ਤੇ ਮਾਰਿਆ ਗਿਆ ਸੀਗਾ। ਇਸ ਦੇ ਵਿੱਚ ਜਿਹੜਾ ਹੈਗਾ ਸਾਨੂੰ ਅਸੀਂ ਟਰੇਸ ਕੀਤੇ ਦੋ ਬੰਦੇ ਮੁੰਨਾ ਕੁਮਾਰ ਯਾਦਵ ਅਤੇ ਅਜੇ ਕੁਮਾਰ ਜਿਹੜਾ ਹੈ ਇਹ ਦੋ ਜਣੇ ਅਸੀਂ ਗ੍ਰਿਫਤਾਰ ਕੀਤੇ ਨੇ। ਇਹਨਾਂ ਨੂੰ ਨੋਮੀਨੇਟ ਕੀਤਾ ਸੀਗਾ, ਇਹਨਾਂ ਦੇ ਖਿਲਾਫ ਜਿਹੜੇ ਇਹਨਾਂ ਦੇ ਫੁੱਟਪ੍ਰਿੰਟ ਸਾਨੂੰ ਮਿਲੇ ਸੀਗੇ ਉਹ ਇਹਨਾਂ ਦੇ ਸ਼ੂਜ਼ ਦੇ ਨਾਲ ਉਹ ਮੈਚ ਹੋ ਗਏ ਨੇ। ਇਹਨਾਂ ਦੇ ਅਗੇਂਸਟ ਜਿਹੜੇ ਹੋਰ ਕੁਛ ਸਾਨੂੰ ਐਵੀਡੈਂਸ ਮਿਲੀਆਂ ਉਹਦੇ ਆਧਾਰ 'ਤੇ ਦੋਨੋਂ ਬੰਦੇ ਨੋਮੀਨੇਟ ਕਰਕੇ ਅਰੈਸਟ ਕਰ ਲਏ। ਮੁੰਨਾ ਯਾਦਵ ਦੀ ਇੱਕ ਗਰਲਫ੍ਰੈਂਡ ਹੈ ਜਿਹੜੀ ਬਿਹਾਰ 'ਚ ਰਹਿੰਦੀ ਹੈ, ਮੁੰਨਾ ਯਾਦਵ ਉਹਦੇ ਨਾਲ ਫੋਨ 'ਤੇ ਗੱਲ ਕਰਦਾ ਸੀਗਾ। ਕਿਸੇ ਤਰੀਕੇ ਨਾਲ ਧਰਮਿੰਦਰ ਸਾਧਾ ਜਿਹੜਾ ਹੈ ਮਰਨ ਵਾਲਾ ਜਿਹੜਾ ਬੰਦਾ ਉਹਨੂੰ ਉਸ ਲੜਕੀ ਦਾ ਕੰਟੈਕਟ ਨੰਬਰ ਮਿਲ ਗਿਆ ਅਤੇ ਉਹਨੂੰ ਫੋਨ ਕਰਕੇ ਤੰਗ ਪਰੇਸ਼ਾਨ ਕਰਨ ਲੱਗ ਗਿਆ ਸੀ। ਇਸ ਦੀ ਰੰਜਿਸ਼ ਜਿਹੜੀ ਹੈਗੀ ਹੈ ਮੁੰਨਾ ਯਾਦਵ ਦੇ ਮਨ 'ਚ ਸੀਗੀ, ਇਹਨੇ ਉਸ ਦਿਨ ਇਹਨੂੰ ਸ਼ਰਾਬ ਪਿਲਾ ਕੇ ਅਤੇ ਦੋਨੋਂ ਅਜੇ ਕੁਮਾਰ ਨੇ ਅਤੇ ਮੁੰਨਾ ਯਾਦਵ ਨੇ ਇਹਦੀ ਕੁੱਟਮਾਰ ਕੀਤੀ ਪਹਿਲਾਂ ਅਤੇ ਉਸ ਤੋਂ ਬਾਅਦ ਉਹ ਪੱਥਰ ਦੇ ਨਾਲ ਭਾਰੀ ਪੱਥਰ ਦੇ ਨਾਲ ਉਹਦੇ ਸਿਰ 'ਤੇ ਸੱਟ ਮਾਰ ਕੇ ਉਹਦਾ ਮਰਡਰ ਕਰ ਲਿਆ। ਉਧਰ ਦੋਸ਼ੀ ਨੇ ਦੱਸਿਆ ਕਿ ਉਸਨੇ ਤਰਵਿੰਦਰ ਨੂੰ ਕਈ ਵਾਰ ਸਮਝਾਇਆ ਸੀ ਕਿ ਉਸ ਦੀ ਪ੍ਰੇਮਿਕਾ ਨੂੰ ਫੋਨ ਨਾ ਕਰੇ, ਜਦੋਂ ਨਹੀਂ ਮੰਨਿਆ ਤਾਂ ਉਸਨੇ ਪੱਥਰ ਮਾਰ ਕੇ ਤਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਹੁਣ ਇਸ ਨੂੰ ਵੀ ਆਪਣੀ ਕੀਤੀ ਤੇ ਪਛਤਾਵਾ ਹੈ। ਉਹ ਇਸ ਲੜਕੀ ਕੋ ਛੇੜ ਰਹਾ ਥਾ, ਉਹ ਕਿਸ ਕਾ ਸਾਥੀ ਹੁਆ ਥਾ ਸਰ। ਤੁਹਾਡਾ ਪ੍ਰੇਮ ਸੰਬੰਧ ਥਾ ਲੜਕੀ? ਹਾਂ ਸਰ।
ਬਿਹਾਰ ਕਾ ਸਰ। ਤੁਮੇ ਲੜਕੀ ਨੇ ਬੋਲਾ ਥਾ ਕਿ ਮੇਰੇ ਕੋ ਪਰੇਸ਼ਾਨ ਕਰ ਰਹਾ ਕਿ ਤੁਮੇ ਕੋ ਖੁਦ ਬਚਾਨਾ ਹੈ। ਉਹ ਬਤਾਇਆ ਸਰ ਆਪਾ ਲੜਕੀ ਕਿ ਬੋਲਤਾ ਹੈ ਇਹ ਹਮਕੋ ਤੰਗ ਕਰ ਰਹਾ ਹੈ ਸਰ। ਤੋ ਤੁਮਨੇ ਕੈਸੇ ਮਾਰਾ ਫਿਰ ਉਸਕੋ? ਵਹਾਂ ਪਰ ਸਰ ਪੱਥਰ ਥਾ ਉਸੀ ਲਈ ਹਮ ਵਹੀਂ ਪਰ ਮਾਰ ਦਿਏ ਸਰ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਵਿੱਚ ਕਿਸੇ ਸਿਰਫਰੇ ਆਸ਼ਕ ਵੱਲੋਂ ਅਜਿਹੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਸਿਰਫਰੇ ਆਸ਼ਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀਆਂ ਜਾਨਾਂ ਲੈ ਚੁੱਕੇ ਨੇ। ਸੰਗਰੂਰ ਤੋਂ ਸੰਜੀਵ ਗੋਇਲ, D5 ਚੈਨਲ ਪੰਜਾਬੀ।